ਹਾਂਜੀ ਸਤਿ ਸ਼੍ਰੀ ਅਕਾਲ। ਆਪਾਂ ਪਹੁੰਚ ਚੁੱਕੇ ਹਾਂ ਹਨੋਈ ਸ਼ਹਿਰ ਦੇ ਵਾਟਰ ਪਾਰਕ ਦੇ ਵਿੱਚ। ਕਿਆ ਬਾਤ ਆ ਜੀ, ਕਿਆ ਬਾਤ ਆ। ਵਾਟਰ ਪਾਰਕ ਦਾ ਜ਼ਰਾ ਮਾਹੌਲ ਤਾਂ ਦੇਖੋ, ਟਿਊਬਾਂ ਦੇ ਉੱਪਰ ਬੈਠੇ ਲੋਕ ਪਾਣੀ ਦੀਆਂ ਲਹਿਰਾਂ ਦੇ ਉੱਪਰ ਆਨੰਦ ਮਾਣਦੇ ਹੋਏ। ਅਤੇ ਤੁਹਾਨੂੰ ਹੁਣ ਮੈਂ ਇੱਕ ਕਰਤੱਵ ਦਿਖਾਉਣ ਜਾ ਰਿਹਾ ਵੀ ਰੱਸੀਆਂ ਦੇ ਉੱਪਰ ਲਟਕ ਕੇ ਇੱਥੇ ਥੋੜ੍ਹਾ ਜਿਹਾ ਚੱਲ ਕੇ ਅੱਗੇ ਪਾਣੀ ਦੇ ਵਿੱਚ ਡੁੱਬ ਕੇ ਮਾਰਨਗੇ। ਆਹ ਹਾ, ਚੱਕ ਮੇਰਾ ਵੀਰ, ਤੜਾਕ ਦੇ ਕੇ ਪਾਣੀ ਦੇ ਅੰਦਰ। ਅਤੇ ਭਰਾਵੋ ਮੈਂ ਦੱਸ ਦੇਵਾਂ ਵੀ ਇਹ ਜਿਹੜਾ ਪਾਣੀ ਆ ਬਹੁਤ ਡੂੰਘਾ ਇੱਥੇ। ਮੈਂ ਵੀ ਇਹ ਕਰਕੇ ਹਟਿਆ ਹੁਣੇ, ਅਤੇ ਮੈਂ ਬਾਲ ਬਾਲ ਬਚਿਆ ਕਿਉਂਕਿ ਮੈਨੂੰ ਸਵੀਮਿੰਗ ਆਉਂਦੀ ਆ, ਤਾਂ ਮੈਂ ਬਚ ਗਿਆ। ਪੈਰ ਨਹੀਂ ਲੱਗਦੇ, ਇੱਕ ਤਾਂ ਬੰਦਾ ਉੱਪਰੋਂ ਛਾਲ ਵੱਜਦੀ ਆ ਵੈਸੇ ਬੁੰਦਲ ਜਾਂਦਾ, ਅਤੇ ਨੀਚੇ ਪੈਰ ਨਹੀਂ ਲੱਗਦੇ, ਜਿਹੜੇ ਡਾਂਗ ਨਾਲ ਫੜਕੀ ਕੱਢਦੇ ਆ ਬੰਦੇ ਨੂੰ। ਆਹ ਨਿੱਕਾ ਜਿਹਾ ਬੱਚਾ ਬੜੀ ਸੋਹਣੀ ਸਵੀਮਿੰਗ ਕਰਦਾ ਹੋਇਆ, ਅਤੇ ਪਾਣੀ ਦੀਆਂ ਲਹਿਰਾਂ ਦਾ ਆਨੰਦ ਮਾਣਦੇ ਹੋਏ ਬੱਚੇ ਅਤੇ ਉਹਨਾਂ ਦੇ ਮਾਂ ਬਾਪ। ਸਭ ਤੋਂ ਵੱਧ ਨਜ਼ਾਰਾ ਇੱਥੇ ਲੈ ਰਹੇ ਨੇ ਬੱਚੇ, ਬੱਚਿਆਂ ਦੇ ਨਾਲ ਤੁਹਾਨੂੰ ਪਤਾ। ਆਹ ਅੰਕਲ ਖਿੱਚੀ ਜਾ ਰਿਹਾ ਆਪਣੇ ਬੇਟੇ ਨੂੰ, ਕਹਿੰਦਾ ਤੈਨੂੰ ਅੱਗੇ ਵੱਡੀ ਲਹਿਰ 'ਚ ਲੈ ਕੇ ਜਾਂਦਾ, ਆਹ ਇੱਥੇ ਰੱਖ। ਕਿਆ ਤਕੜੀ ਛਲੰਗ ਮਾਰੀ ਆ ਮੁੰਡੇ ਨੇ, ਵਾਹ ਜੀ ਵਾਹ। ਜਵਾਕਾਂ ਦੇ ਨਜ਼ਾਰੇ ਆਏ ਹੋਏ ਇੱਥੇ, ਓਏ ਹੋਏ ਹੋਏ, ਆਹ ਬੱਚੇ ਨੂੰ ਦੇਖੋ, ਇਹ ਆਹ ਚੱਕ, ਕਿਆ ਨਜ਼ਾਰੇ ਆ ਯਾਰ, ਵਾਹ ਜੀ ਵਾਹ, ਬਹੁਤ ਵਧੀਆ ਸੋਹਣਾ ਇੱਥੇ ਮਾਹੌਲ ਪਾਣੀ ਦੇ ਅੰਦਰ। ਅੱਖਾਂ ਭਰਦੀਆਂ ਨਹੀਂ ਦੇਖ ਕੇ ਇਹ ਨਜ਼ਾਰੇ, ਲਹਿਰਾਂ ਜਦੋਂ ਉੱਠਦੀਆਂ ਨੇ। ਆਹ ਅੰਕਲ ਨੂੰ ਇਹ, ਆਹ ਬੱਚੀ ਦੇਖੋ ਆਈਸਕ੍ਰੀਮ ਦੇ ਵਿੱਚ ਮਗਨ। ਸੱਚੀ ਬੱਚਿਆਂ ਦੇ ਅੰਦਰ ਜਿਹੜੀ ਮਾਸੂਮੀਅਤ ਆ ਉਹ ਕਿਸੇ ਚੀਜ਼ 'ਚ ਨਹੀਂ ਮਿਲਦੀ ਤੁਹਾਨੂੰ। ਬੇਫਿਕਰੀ, ਮਾਸੂਮੀਅਤ, ਆਨੰਦ, ਜਿਹੜਾ ਸਵਾਦ ਬਚਪਨ 'ਚ ਬੰਦਾ ਲੈਂਦਾ ਉਹ ਸ਼ਾਇਦ ਵੱਡਾ ਤਾਂ ਨਹੀਂ ਕੋਈ ਲੈਂਦਾ। ਇਹ ਆਪ ਚੜ੍ਹ ਗਿਆ ਆਪਦੇ ਬਾਪੂ ਦੀ ਪਿੱਠ ਮਗਰ, ਬਣਾ ਲਿਆ ਘੋੜਾ। ਵਾਹ ਜੀ ਵਾਹ, ਨਜ਼ਾਰੇ ਫੁੱਲ ਲਿੱਤੇ ਜਾ ਰਹੇ ਨੇ ਇੱਥੇ, ਲਿਟੇ ਪਿਆ ਸਾਰੇ ਅੰਦਰ। ਇਹ ਲੈ ਆਹ ਥੱਪਾ ਹੋ ਗਿਆ, ਕੰਮ ਵਧੀਆ ਚੱਲ ਰਿਹਾ ਪੂਰਾ। ਜਵਾਕ ਆਪਣੇ ਡੈਡੀ ਨੂੰ ਲੈ ਕੇ ਜਾਂਦਾ ਹੋਇਆ, ਪੂਰਾ ਮਾਹੌਲ ਬਣਾ ਕੇ ਰੱਖਿਆ ਹੋਇਆ ਬੱਚਿਆਂ ਨੇ ਇੱਥੇ। ਇੱਧਰ ਉੱਧਰ ਭੱਜਦੇ ਨੱਠਦੇ ਬੱਚੇ। ਆਹ ਦੇਖੋ ਜੀ ਵਾਟਰ ਪਾਰਕ ਦਾ ਹਾਲ, ਆਹ ਲਹਿਰਾਂ ਵਾਲਾ ਸਿਸਟਮ ਸਭ ਤੋਂ ਵਧੀਆ ਇਸ ਵਾਟਰ ਪਾਰਕ ਦੀ ਜਿਹੜੀ ਸੈਂਟਰ ਅਟਰੈਕਸ਼ਨ ਬਣਿਆ ਹੋਇਆ, ਬੜਾ ਵਧੀਆ ਇੱਥੇ ਮਾਹੌਲ, ਸ਼ਾਨਦਾਰ। ਇਹ ਗੇਟ ਆ ਵਾਟਰ ਪਾਰਕ ਦਾ। ਅਤੇ ਹਾਂ, ਜਿਹੜੀ ਆਹ ਸਿਸਟਮ ਹੈ ਇਹ ਵੀ ਬੜੀ ਆਰਾਮਦਾਇਕ ਚੀਜ਼ ਹੈ। ਇੱਥੇ ਤੁਸੀਂ ਆਰਾਮ ਨਾਲ ਆਹ ਟਾਇਰ ਉੱਪਰ ਬੈਠ ਜਾਓ ਅਤੇ ਭੋਰਾ ਭੋਰਾ ਲਹਿਰਾਂ ਦੇ ਆਨੰਦ ਮਾਣੋ। ਆ ਜਿਵੇਂ ਬਾਈ ਲਿਟ ਕੇ ਜਾ ਰਿਹਾ, ਮੈਂ ਐਵੇਂ ਨਹੀਂ ਕਹਿ ਰਿਹਾ, ਮੈਂ ਐਕਸਪੀਰੀਅੰਸ ਕਰਕੇ ਹਟਿਆ ਹੁਣੇ ਥੋੜ੍ਹੀ ਦੇਰ ਪਹਿਲਾਂ। ਤੁਸੀਂ ਸੋਚਦੇ ਹੋ ਕਿਤੇ ਐਵੇਂ ਆਪਣੇ ਵੱਲੋਂ ਬਣਾ ਬਣਾ ਕੇ ਗੱਲਾਂ ਦੱਸਦਾ, ਮੈਂ ਕੁਛ ਬਣਾ ਕੇ ਨਹੀਂ ਦੱਸ ਰਿਹਾ। ਮੈਂ ਸਾਰੀ ਚੀਜ਼ ਟਰਾਈ ਕਰ ਚੁੱਕੀ ਹਾਂ ਅਤੇ ਮੈਂ ਬਾਅਦ 'ਚ ਕੈਮਰਾ ਚੁੱਕਿਆ, ਪਹਿਲਾਂ ਮੈਂ ਫੁੱਲ ਇੰਜੋਏ ਕਰ ਚੁੱਕਿਆ ਉੱਥੇ। ਆਹ ਬਾਈ ਨੇ ਯੋਗਾ ਆਸਣ, ਬਾਬਾ ਰਾਮਦੇਵ ਬਣ ਗਿਆ, ਬਾਬਾ ਰਾਮਦੇਵ ਇੱਥੇ ਬਹੁਤ ਨੇ। ਸਭ ਤੋਂ ਵਧੀਆ ਚੀਜ਼ ਮੈਨੂੰ ਇਹੀ ਲੱਗੀ ਵੀ ਤੁਸੀਂ ਆਰਾਮ ਨਾਲ ਆਪਦੀ ਚਸ਼ਮਾ ਲਾ ਕੇ ਇਹਦੇ ਉੱਪਰ ਪੈ ਜਾਓ ਅਤੇ ਪਾਣੀ ਦੇ ਅੰਦਰ ਆਨੰਦ ਮਾਣੋ। ਆਹ ਵੀ ਗੇਮਾਂ ਹੈਗੀਆਂ ਸੀ ਕਸੂਤੀਆਂ ਜੀਆਂ, ਆਹ ਜਵਾਕ ਨੂੰ ਦੇਖੋ, ਹਰਕਤ ਦੇਖੋ ਜੀ। ਮੈਂ ਕਹਿੰਦਾ ਸਭ ਤੋਂ ਵੱਧ ਨਜ਼ਾਰਾ ਹੀ ਇਹਨਾਂ ਨੂੰ ਦੇਖਣ ਦਾ, ਸਰਕਸ ਚੱਲ ਰਹੀ ਹੈ ਇਹਨਾਂ ਦੀ ਇੱਥੇ। ਬਹੁਤ ਹੀ ਜ਼ਿਆਦਾ ਆਨੰਦ ਮਈ ਜਗ੍ਹਾ ਇਹ, ਰਿਲੈਕਸਿੰਗ। ਆਹ ਵੋਇਸ ਆਫ ਪੰਜਾਬ, ਸੋਰੀ ਵੋਇਸ ਆਫ ਵੀਅਤਨਾਮ ਇੱਥੇ ਚੱਲਦਾ ਹੋਇਆ। ਅਤੇ ਬੱਚਾ ਵੈਸੇ ਤੁਹਾਨੂੰ ਇੱਥੇ ਮਿਊਜ਼ਿਕ ਚੀਜ਼ ਦੀ ਆਵਾਜ਼ ਨਹੀਂ ਸੁਣੂਗੀ, ਮੈਂ ਕੱਟਤੀ ਪੀਸ ਹੋ ਜਾਂਦੇ ਕੋਪੀਰਾਈਟ ਦੇ, ਪਰ ਇਹ ਬੱਚਾ ਬਹੁਤ ਸੁਰੀਲਾ ਗਾ ਰਿਹਾ। ਵੱਡਾ ਹੋ ਕੇ ਪੱਕਾ ਕੋਈ ਨਾ ਕੋਈ ਇੱਥੇ ਸਟਾਰ ਬਣੂਗਾ ਵੀਅਤਨਾਮ ਦੇ ਅੰਦਰ, ਬੜਾ ਸੋਹਣਾ ਗਾ ਰਿਹਾ। ਇਹਨੇ ਇਸਦੀ ਵੀਡੀਓ ਮੈਂ ਤਾਂ ਹੀ ਬਣਾਈ ਆ ਐਡ ਕਰਨ ਲਈ ਕਿਉਂਕਿ ਇਹਦੀ ਆਵਾਜ਼ ਮੇਰੇ ਦਿਲ ਨੂੰ ਛੂਹੀ ਆ, ਬੜੀ ਸੋਹਣੀ ਆਵਾਜ਼ ਮੁੰਡੇ ਦੀ। ਕਿਆ ਬਾਤ ਆ ਜੀ, ਇੱਥੇ ਆ ਪੂੰਛ ਨਾਲ ਖੇਡਦੇ ਹੋਏ ਬੱਚੇ ਅਤੇ ਫਰਾਟੇ ਚੱਲ ਰਹੇ ਨੇ ਪੱਖੇ, ਸਾਰੇ ਪਾਸੇ ਬੱਚੇ ਨੇ। ਅਤੇ ਬੱਚਿਆਂ 'ਚ ਮੇਰਾ ਜੀ ਲੱਗ ਹੀ ਜਾਂਦਾ, ਹਰੇਕ ਬੰਦੇ ਦਾ ਲੱਗ ਜਾਂਦਾ, ਕਹਿੰਦੇ ਤੁਸੀਂ ਆਪਣੀਆਂ ਸਭ ਚਿੰਤਾਵਾਂ ਭੁੱਲ ਜਾਂਦੇ ਹੋ ਕੁਛ ਦੇਰ ਵਾਸਤੇ ਬੱਚਿਆਂ ਦੇ ਵਿੱਚ ਜਦੋਂ ਹੁੰਦੇ ਹੋ। ਬੱਚੇ ਆਪਣੇ ਮਾਂ ਬਾਪ ਨਾਲ ਆਏ ਹੋਏ, ਆਹ ਬੀਬੀ ਮੂੰਹ ਖੋਲ੍ਹ ਕੇ ਬੈਠੀ ਹੈ, ਸ਼ਾਇਦ ਕਿਸੇ ਮੱਖੀ ਦਾ ਇੰਤਜ਼ਾਰ ਕਰ ਰਹੀ ਹੈ ਵੀ ਆਵੇ ਅਤੇ ਇਹਦੇ ਮੂੰਹ ਦੇ ਅੰਦਰ ਜਾਵੇ। ਬੇਟਾ ਬੰਦ ਕਰ ਲਓ ਮੂੰਹ, ਨਹੀਂ ਮੱਖੀ ਪੈ ਜਾਣੀ ਆ। ਬੱਚਾ ਹਰਕਤਾਂ ਕਰਦਾ ਹੋਇਆ, ਬੜਾ ਸੋਹਣਾ ਮਾਹੌਲ ਜੀ ਇੱਥੇ। ਕਾਟੇ ਪੱਖੇ ਦੇ ਅੰਕਲ ਕੁਛ ਸੋਚਦਾ ਹੋਇਆ ਬੈਠ ਕੇ, ਸਭ ਨੇ ਗੁਬਾਰੇ ਫੜੇ ਹੋਏ ਨੇ। ਅਤੇ ਇਹ ਵਾਰ ਵਾਰ ਮੇਰਾ ਇਹ ਧਿਆਨ ਇਹ ਵੋਇਸ ਆਫ ਪੰਜਾਬ ਵੱਲ ਜਾਂਦਾ, ਵਾਰੀ ਵੋਇਸ ਆਫ ਵੀਅਤਨਾਮ ਵੱਲ ਜਾਂਦਾ। ਤੁਹਾਨੂੰ ਪਤਾ ਕੀੜਾ ਮਿਰਚੀ ਬਹੁਤ ਅਸੀਂ ਹੁੰਦਾ। ਇਹ ਆ ਪੂੰਛ ਤੋੜ ਕੇ ਛੱਡਣਗੇ ਜਵਾਕ, ਮੈਂ ਲਾ ਲਿਆ ਹਿਸਾਬ ਇਹਨਾਂ ਦੀ। ਸਾਊਂਡ ਮਾਸਟਰ ਬੈਠੇ ਹੋਏ ਆਪਣਾ ਕੰਮ ਕਰਦੇ ਹੋਏ। ਲਓ ਜੀ ਆਹ ਯੋਗਟ ਨਾਲ ਫੋਟੋਆਂ ਖਿਚਾ ਰਹੇ ਨੇ ਬੱਚੇ। ਯੋਗਟ ਕਹਿੰਦੇ ਆ ਇੱਥੇ ਦਹੀਂ ਨੂੰ, ਜਿਹੜੀ ਇੱਥੋਂ ਦੀ ਮਿੱਠੀ ਦਹੀਂ ਆ ਯੋਗਟ ਕਹਿੰਦੇ ਆ।
ਤੇ ਬੱਚੇ ਬੜੇ ਖੁਸ਼ ਨੇ ਇਹਨਾਂ ਦਾ ਫੋਟੋਆਂ ਖਿਚਾ ਖਿਚਾ ਕੇ ਪੂਰਾ ਇੰਜੋਏ ਲਿੱਤਾ ਜਾ ਰਿਹਾ ਪੂਰਾ ਪੈਸਾ ਵਸੂਲ ਜਿਹਨੂੰ ਕਹਿ ਸਕਦੇ ਹੋ ਤੁਸੀਂ ਫੁੱਲ ਐਂਟਰਟੇਨਮੈਂਟ ਆਏ ਹਾਏ 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 ਕਿੰਨੀ ਖੁਸ਼ ਆ ਬੱਚੀ ਸਦੀਆਂ ਪੁਰਾਣਾ ਪਿਆਰ ਮਿਲ ਗਿਆ ਵਾਹ ਜੀ ਵਾਹ ਰੂਹ ਖੁਸ਼ ਕਰਨ ਵਾਲੀ ਜਗ੍ਹਾ ਹਨੋਈ 'ਚ ਵਾਟਰ ਪਾਰਕ ਜ਼ਰੂਰ ਆਓ ਅਤੇ ਸਵਾਦ ਲੈ ਕੇ ਜਾਓ ਥੈਂਕ ਯੂ ਜੀ